ਮੈਂ ਕਦੇ ਉਹਨਾਂ ਨੂੰ ਉੱਚੀ ਆਵਾਜ਼ 'ਚ ਕਿਸੇ ਨਾਲ ਗੱਲ ਕਰਦੇ ਨਹੀਂ ਸੁਣਿਆ। ਕੁਛ ਕਿਸੇ ਸਪੋਟ ਤੋਂ ਵੀ ਕੁਛ ਚਾਹੀਦਾ ਸੀ ਤਾਂ ਉਹਨਾਂ ਨੂੰ ਵੀ ਬੜੇ ਪਿਆਰ ਨਾਲ ਵੀ ਬਾਈ ਮੋਢੇ 'ਤੇ ਹੱਥ ਰੱਖ ਕੇ ਤੁਹਾਨੂੰ ਫਲਾਨੀ ਚੀਜ਼ ਲਿਆ ਦੇ, ਬੜੇ ਪਿਆਰ ਨਾਲ ਸਭ ਨਾਲ ਬੋਲਦੇ ਸੀ। ਐਂਡ ਆਈ ਥਿੰਕ ਆਡੀਅੰਸ ਕੋਲ ਸ਼ਾਇਦ ਉਹਨਾਂ ਦੀ ਕਿਸੇ ਹੱਦ ਤੱਕ ਰੋਂਗ ਇਮੇਜ ਗਈ ਹੋਈ ਹੈ ਬੇਸਡ ਔਨ ਹਿਸ ਸੌਂਗਸ। ਹੀ ਜਸਟ ਗੇਵ ਦੀ ਆਡੀਅੰਸ ਵਟ ਦੇ ਲਾਈਕਡ ਅਬਾਊਟ ਹਿਮ ਗਾਣਿਆਂ ਦੇ ਵਿੱਚ, ਬਟ ਉਹ ਕੰਪਲੀਟਲੀ ਓਪੋਜ਼ਿਟ ਤਰ੍ਹਾਂ ਦੇ ਇਨਸਾਨ ਸੀਗੇ, ਵੈਰੀ ਸਵੀਟ, ਵੈਰੀ ਹੰਬਲ ਐਂਡ ਸਰਪ੍ਰਾਈਜ਼ਿੰਗਲੀ ਵੈਰੀ ਸ਼ਾਈ, ਜੋ ਮੈਨੂੰ ਚੀਜ਼ ਸਭ ਤੋਂ ਜ਼ਿਆਦਾ ਸਰਪ੍ਰਾਈਜ਼ ਕੀਤੀ ਸੈੱਟ 'ਤੇ ਕਿ ਸ਼ਾਈ ਬਹੁਤ ਸੀਗੇ, ਬਹੁਤ ਜ਼ਿਆਦਾ ਸ਼ਰਮਾਉਂਦੇ ਸੀ ਅਰਾਊਂਡ ਗਰਲਸ ਸਪੈਸ਼ਲੀ। ਅਤੇ ਯਾ ਬਟ ਇਟ ਇਜ਼ ਬਿਨ ਅ ਵੈਰੀ ਫਨ ਸ਼ੂਟ ਵਿਦ ਹਿਮ। ਕੁਛ ਅਪਕਮਿੰਗ ਚੀਜ਼ਾਂ ਨੂੰ ਲੈ ਕੇ ਕੀ ਪਲੈਨਿੰਗਸ ਕੀ ਸੀ ਉਹਨਾਂ ਦੀਆਂ, ਅਗਰ ਤੁਹਾਡੇ ਨਾਲ ਗੱਲ ਕਰੀਏ, ਅਪਕਮਿੰਗ ਪ੍ਰੋਜੈਕਟ ਸੀ ਜੋ ਉਹਨਾਂ ਨੇ ਸੋਚੀ ਹੋਈ ਸੀ ਉਸ ਟਾਈਮ 'ਤੇ ਕਿ ਹਾਂ ਇਹਨਾਂ ਇਹਨਾਂ ਚੀਜ਼ਾਂ 'ਚ ਕੰਮ ਕਰਾਂਗੇ? ਉਹਨਾਂ ਨੇ ਐਲਬਮ ਰਿਲੀਜ਼ ਕਰਨੀ ਸੀਗੀ ਕੋਈ, ਨੋਟ ਮੋਸਟ ਏ, ਕੋਈ ਹੋਰ। ਓਕੇ। ਅਤੇ ਉਹਦੇ ਵਿੱਚ ਗਾਣਾ ਸੀਗਾ ਇੱਕ, ਬਹੁਤ ਸੋਹਣਾ ਗਾਣਾ ਸੀਗਾ, ਮਤਲਬ ਕੁੜੀ ਦੀ ਬਿਊਟੀ 'ਤੇ ਗਾਣਾ ਸੀ। ਔਰ ਬਹੁਤ ਆਇਆ ਕਿ ਨਹੀਂ ਹੈ ਜੀ? ਨਹੀਂ ਹਜੇ ਆਇਆ। ਬਹੁਤ ਸੈਂਸੀਬਲ ਵਰਡਸ ਨਾਲ, ਬਹੁਤ ਇੱਜ਼ਤਦਾਰ ਲਫਜ਼ਾਂ ਨਾਲ ਕੁੜੀ ਦੀ ਤਾਰੀਫ਼ ਕੀਤੀ ਹੋਈ ਸੀ, ਜੋ ਮੈਨੂੰ ਬੈਸਟ ਚੀਜ਼ ਲੱਗੀ ਸੀ ਉਸ ਗਾਣੇ 'ਚ। ਅਤੇ ਉਹਨਾਂ ਨੇ ਕਿਹਾ ਵੀ ਤੂੰ ਸੈੱਟ, ਇਹ ਤਾਂ ਸਿੱਧ ਮੂਸਾ ਜੱਟ ਦੇ ਸ਼ੂਟ ਦੇ ਦੌਰਾਨ ਦੀ ਗੱਲ ਆ, ਉਹਨਾਂ ਨੇ ਸਾਰੇ ਗਾਣੇ ਸੁਣਾਏ ਐਲਬਮ ਦੇ, ਕਹਿੰਦੇ ਜਿਹੜਾ ਤੈਨੂੰ ਪਸੰਦ ਆਉਂਦਾ ਮੈਨੂੰ ਦੱਸ ਦੇ, ਉਹਦੇ 'ਚ ਆਪਾਂ ਤੈਨੂੰ ਕਾਸਟ ਕਰ ਲਾਂਗੇ, ਜਿਹੜਾ ਵੀ ਤੂੰ ਕਹੇਂਗੀ ਉਹਦੇ 'ਚ ਆਪਾਂ ਤੈਨੂੰ ਕਾਸਟ ਕਰ ਲਾਂਗੇ, ਕਰਨਾ ਮੈਂ ਹੈ ਹੀ ਆ ਇੱਕ ਗਾਣੇ 'ਚ। ਸੋ ਫਿਰ ਮੈਨੂੰ ਇਹੀ ਗਾਣਾ ਵਧੀਆ ਲੱਗਿਆ ਸੀ, ਮੈਂ ਕਿਹਾ ਵੀਰੇ ਆਪਾਂ ਆਹ ਕਰਾਂਗੇ, ਉਹ ਕਹਿੰਦੇ ਠੀਕ ਆ। ਸੋ ਉਸ ਤੋਂ ਬਾਅਦ ਸਵਾਬ ਵੀ ਨਹੀਂ ਬਣਿਆ, ਗੋਡ ਹੈਡ।